ਆ ਲੱਕੜੀ ਦੀਆਂ ਮੈਂ ਫਟੀਆਂ ਜੀ ਪਹਿਲੀ ਵਾਰੀ ਦੇਖੀਆਂ ਸ਼ੈੱਡ ਦੇ ਵਿੱਚ ਵੈਸੇ ਇਹਨੂੰ ਤਾਂ ਉਹੀ ਦਿਆਂ ਕਿ ਕਿਤਨੇ ਪੈਸੇ ਲੱਗੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਅਲਹਕ ਫਾਰਮਸ ਯੂਟਿਊਬ ਚੈਨਲ। ਅੱਜ ਅਸੀਂ ਆਏ ਹਾਂ ਖਾਨਪੁਰ ਦੇ ਵਿੱਚ, ਇਮਰਾਨ ਵੜੈਚ ਸਾਹਿਬ ਉਹਨਾਂ ਦੇ ਚਚਾਜ਼ਾਦ ਭਾਈ ਨੇ ਜਿਨ੍ਹਾਂ ਦਾ ਇਹ ਵਾਲਾ ਫਾਰਮ ਹੈ। ਇਹ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ 'ਤੇ ਕਾਫੀ ਵੱਡਾ ਸ਼ੈੱਡ ਬਣਾਇਆ ਹੋਇਆ, ਔਰ ਇਹ ਵਾਲੇ ਦੇ ਵਿੱਚ ਭੈਂਸਾਂ ਵੀ ਨੇ ਔਰ ਗਾਏ ਵੀ ਹੈ। ਇਸ ਦੀ ਪੂਰੀ ਡਿਟੇਲ ਦਾਂਗੇ ਵੀਡੀਓ, ਪੂਰੀ ਇਨਫੋਰਮੇਸ਼ਨ ਜਾਣਨ ਵਾਸਤੇ ਵੀਡੀਓ ਨੂੰ ਪੂਰਾ ਦੇਖਿਓ ਔਰ ਚੈਨਲ ਸਬਸਕ੍ਰਾਈਬ ਕਰਿਓ। ਆਓ ਵੀਡੀਓ ਬਾਕੀ ਇਨਫੋਰਮੇਸ਼ਨ ਸਟਾਰਟ ਕਰਦੇ ਹਾਂ ਜੀ। ਤੋਂ ਦੋਸਤੋ, ਸਭ ਤੋਂ ਪਹਿਲੇ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਸ਼ੈੱਡ ਦੀ ਔਰ ਜਾਨਵਰਾਂ ਦੀ। ਇਹ ਦੇਖੋ ਜੀ, ਜਾਨਵਰਾਂ ਦੇ ਵਿੱਚ ਭੈਂਸਾਂ ਮੱਝਾਂ, ਮੱਝਾਂ ਨੇ ਜੀ ਇਹਦੇ ਵਿੱਚ 4, 6, 8, 10, 12, 14, 24, 25 ਮੱਝਾਂ ਇਹ ਦੇਖ ਸਕਦੇ ਹੋ, ਲੇਕਿਨ ਬੰਨੀਆਂ ਹੋਈਆਂ ਬਾਹਰ ਖੁਰਲੀ ਦੀਆਂ, ਖੁਰਲੀਆਂ ਰੱਖੀਆਂ ਹੋਈਆਂ ਔਰ ਉਹਨਾਂ 'ਤੇ ਬੰਨੀਆਂ ਹੋਈਆਂ 24-25 ਮੱਝਾਂ ਵਾ ਇਹਨਾਂ ਦੇ ਵਿੱਚ। ਅਤੇ ਇਹ ਵਾਲਾ ਹੈ ਸ਼ੈੱਡ ਅੱਗੇ, ਇਸ ਤੋਂ ਦੂਸਰੀ ਸਾਈਡ 'ਤੇ ਨੇ ਗਾਵਾਂ। ਇਸ ਦੇ ਵਿੱਚ ਮੈਂ ਤੁਹਾਨੂੰ ਪੂਰਾ ਦੱਸਦਾ ਇਹਨਾਂ ਦੇ ਵਿੱਚ, ਇਹ ਦੇਖੋ ਭੈਂਸਾਂ ਦੀ ਪੋਜੀਸ਼ਨ, ਇਹਨਾਂ ਨੂੰ ਖੁੱਲ੍ਹੀਆਂ ਨਹੀਂ ਛੱਡਿਆ ਹੋਇਆ। ਇਹ ਵਾਲਾ ਹੈ ਸ਼ੈੱਡ, ਇਸ ਦੀ ਤੁਹਾਨੂੰ ਮਾਲੀਅਤ ਵੀ ਦੱਸਾਂਗਾ ਕਿਤਨੇ ਪੈਸੇ ਲੱਗੇ। ਇਹ ਦੇਖੋ ਜੀ, ਇਹ ਉੱਪਰ ਬਜਾਏ ਟਾਇਲਾਂ ਦੇ ਲੱਕੜੀ ਪਾਈ ਹੋਈ ਹੈ ਸ਼ੈੱਡ ਦੇ ਵਿੱਚ, ਫੱਟੀਆਂ ਲੱਕੜੀ ਦੀਆਂ ਔਰ ਟੀਅਰ ਔਰ ਗਾਰਡਰ। ਇਹ ਵਾਲੇ ਨੇ ਸੈਂਟਰ 'ਚ ਜਿਹੜੇ ਪਿੱਲਰ ਨੇ ਇਹ ਸੀਮਟ ਦੇ ਨੇ। ਆਹ ਲੱਕੜੀ ਦੀਆਂ ਮੈਂ ਫੱਟੀਆਂ ਜੀ ਪਹਿਲੀ ਵਾਰੀ ਦੇਖੀਆਂ ਸ਼ੈੱਡ ਦੇ ਵਿੱਚ ਵੈਸੇ, ਇਹਨੂੰ ਤਾਂ ਪੁੱਛਦੇ ਹਾਂ ਕਿ ਕਿਤਨੇ ਪੈਸੇ ਲੱਗੇ। ਤੁਹਾਨੂੰ ਡਿਟੇਲ ਦੱਸ, ਇਸੇ ਤਰ੍ਹਾਂ ਇਹ ਦੂਸਰੀ ਸਾਈਡ 'ਤੇ ਇਹਨਾਂ ਨੇ ਰੱਖੇ ਨੇ ਇੱਧਰ ਜਾਨਵਰ ਗਾਵਾਂ। ਇਹ ਗਾਵਾਂ ਜੀ ਇੱਧਰ, ਬਾਕੀ ਇਹਨਾਂ ਦੇ ਬਾਰੇ ਤੁਹਾਨੂੰ ਪੂਰਾ ਦੱਸ ਦੇ। ਲਓ ਜੀ ਦੋਸਤੋ, ਇਹ ਨੇ ਮੁਹੰਮਦ ਆਬਦ ਸਾਹਿਬ ਅਤੇ ਇਮਰਾਨ ਵੜੈਚ ਭਾਈ ਦੇ ਚਚਾਜ਼ਾਦ ਭਾਈ ਵੀ ਨੇ, ਉਹਨਾਂ ਦਾ ਆਪਣਾ ਫਾਰਮ ਆ ਜੀ। ਅਸਲਾਮ ਵਾਲੇਕੁਮ ਜੀ। ਅੱਛਾ ਭਈਆ ਜੀ, ਇਹ ਤੁਸੀਂ ਸ਼ੈੱਡ ਕਿਹੜੇ ਸੰਨ 'ਚ ਬਣਾਇਆ, ਕਿਤਨੇ ਸਾਲ ਹੋ ਗਏ ਇਸਨੂੰ? ਤਕਰੀਬਨ ਸੰਨ 2016 'ਚ ਬਣਾਇਆ ਸੀ। 16, 4 ਸਾਲ ਹੋ ਗਏ ਜੀ। 4 ਸਾਲ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਕਿ ਕੰਮ ਕੈਸਾ? ਕੰਮ ਜ਼ਬਰਦਸਤ, 1 ਸਾਲ ਬਾਅਦ ਬੱਚਾ ਡਬਲ ਹੋ ਜਾਂਦੀ ਹੈ। ਠੀਕ। ਇਹ ਵਾਲੇ ਤੁਸੀਂ ਜਾਨਵਰ ਜਿੰਨੇ ਵੀ ਆ ਇੱਥੇ, ਇਹ ਤੁਸੀਂ ਖਰੀਦੇ ਆ ਜਾਂ ਘਰ ਦੇ? ਘਰ ਦੇ ਨੇ। ਟੋਟਲੀ ਘਰ ਦੇ ਸੀ ਇਹਦਾਂ ਜੀ, ਗਾਵਾਂ ਔਰ ਮੱਝਾਂ। ਇਹ ਤੁਸੀਂ ਮੱਝਾਂ ਜਿਹੜੀਆਂ ਇਹ ਕੱਟੇ ਕੋਲ ਲਗਵਾਉਂਦੇ ਹੋ, ਇਹਨਾਂ ਦੇ ਟੀਕੇ ਰਖਵਾਉਂਦੇ ਹੋ? ਪਹਿਲੇ ਕੋਸ਼ਿਸ਼ ਕਰਨੇ ਪੰਜਾਬ ਸਾਹਿਬ ਤੋਂ ਠੰਡਾ ਲਿਆਉਂਦੇ ਆ। ਅੱਛਾ ਜੀ। ਹੁਣ ਸੇਲ ਕੀਤਾ, ਹੁਣ ਤੇ ਟੀਕੇ ਲਵਾਨੇ ਆ। ਇਹਦਾ ਮੱਝਾਂ ਦਾ ਟੀਕਾ ਕਿਤਨੇ ਦਾ ਰੱਖਦੇ ਨੇ ਡਾਕਟਰ? ਤਕਰੀਬਨ 4 ਤੋਂ 5 ਸਾਲ। ਤੇ ਗਾਵਾਂ ਦੇ ਵੀ ਟੀਕੇ ਰਖਵਾਉਂਦੇ ਹੋ? ਇਹਨਾਂ ਦਾ ਟੀਕਾ ਕਿਤਨੇ ਦਾ ਰਖਵਾਉਂਦੇ ਹੋ? ਇਹਦਾ ਇੰਪੋਰਟਡ ਜਿਹੜਾ ਉਹ ਤਕਰੀਬਨ 2,000-2,500 ਲੈਂਦੇ ਨੇ, ਜਿਹੜਾ ਪਾਕਿਸਤਾਨੀ ਕਹਿ ਰਹੇ ਉਹਦਾ 1,000 ਰੁਪਏ ਦਾ 12 ਰੁਪਏ ਕਾਸਟ ਹੈ। ਠੀਕ ਹੋ ਗਿਆ ਜੀ। ਇਹ ਵਾਲੀ ਤੁਸੀਂ ਉੱਪਰ ਗਾਰਡਰ ਔਰ ਟੀਅਰ ਔਰ ਉੱਪਰ ਪਾਈ ਹੈ ਫੱਟੀਆਂ, ਇਹ ਤੁਸੀਂ ਕਿੱਥੋਂ ਦੇਖਿਆ ਜੀ ਡਿਜ਼ਾਇਨ? ਇਹ ਨਾ ਵੈਸੇ ਮਾਲ ਦਾ, ਜੇ ਅਗਰ ਪੱਕਾ ਛੱਤ ਹੋਵੇ ਨਾ ਇੰਨੀ ਹਾਈਟ 'ਤੇ, ਤਾਂ ਫਿਰ ਸੇਕ ਮਾਰਦਾ। ਜੀ ਜੀ। ਇਸ ਵਾਸਤੇ ਫਿਰ ਅਸੀਂ ਲੱਕੜੀ ਦਾ ਇੰਤਖਾਬ ਕੀਤਾ ਕਿ ਲੱਕੜ ਗਰਮ ਨਹੀਂ ਹੁੰਦੇ। ਬਿਹਤਰ ਹੋ ਗਿਆ, ਇਹਦਾ ਸੇਕਾ ਨਹੀਂ ਆਉਂਦਾ, ਤੁਸੀਂ ਇਹਨੂੰ ਤਜਰਬਾ ਵੀ ਤੁਹਾਡਾ ਹੋ ਗਿਆ ਹੁਣ, ਜ਼ਾਹਿਰ ਜੀ ਗੱਲ ਆ 4 ਸਾਲ ਦਾ। ਲੱਕੜ ਗਰਮ ਨਹੀਂ ਹੁੰਦੀ। ਠੀਕ। ਇਹਨੂੰ ਸੇਕ ਵਗੈਰਾ ਦੀ ਕੋਈ ਟੈਨਸ਼ਨ ਕੋਈ ਨਹੀਂ? ਇਹ ਤਾਂ ਜ਼ਮੀਨ ਨਾਲ ਹੋਰ ਰਾਬਤਾ ਨਹੀਂ, ਦੀਵਾਰ ਹੈ ਨਹੀਂ, ਪਿੱਲਰਾਂ ਉੱਤੇ ਬਿਲਡਿੰਗ ਖੜੀ ਸਾਰੀ ਆ, ਛੱਤ ਛੱਤ। ਇਹਦੀ ਲੰਬਾਈ ਚੌੜਾਈ ਕਿਤਨੀ ਹੈ ਜੀ? 85 ਫੁੱਟ ਲੰਬਾਈ ਹੈ ਅਤੇ 42 ਫੁੱਟ ਚੌੜਾਈ। ਮਸ਼ਰਕ ਤੋਂ ਮਗਰਬ 85 ਫੁੱਟ ਔਰ ਦੂਸਰੀ ਕਿਤਨੀ? 42 ਫੁੱਟ। ਆਹ ਸੈਂਟਰ ਦੇ ਵਿੱਚ ਜਿਹੜੇ ਤੁਸੀਂ ਪਿੱਲਰ ਸੀਮਟ ਦੇ ਆ, ਇਹ ਸੀਮਟ ਦੇ ਕੰਕਰੀਟ ਦੇ ਆ ਜਾਂ ਕੀ ਕੀਤਾ ਇਹ? ਇਹਦੇ ਵਿੱਚ ਕੰਕਰੀਟ 4 ਸੂਤਰ ਦਾ ਸਰੀਆ ਪਾ ਕੇ ਨਾ, 3-3 ਸਰੀਏ ਪਹਿਲੇ ਪਾਈਪ ਲਿਆ। ਹਾਂਜੀ। ਫਿਰ ਉਹਦੀ ਭਰਾਈ ਕੀਤੀ, ਸਰੀਆ ਪਾ ਕੇ ਭਰਾਈ ਕਰ ਦਿੱਤੀ। ਤੇ ਇਹ ਤੇ ਕਿਤਨਾ ਪੈਸੇ ਲੱਗ ਗਏ ਤੁਹਾਡੇ ਪੂਰੇ ਸ਼ੈੱਡ ਤੇ? ਪੈਸੇ ਲੱਕੜ ਜਿਹੜੀ ਉਹ 3.5 ਲੱਖ ਦੀ ਲੱਗੀ ਹੈ, ਫੱਟੀਆਂ ਜਿਹੜੀਆਂ। ਫੱਟੀਆਂ ਤੇ ਟੋਟਲ ਕਿਤਨਾ ਕੋਈ ਅੰਦਾਜ਼ਾ ਸਾਨੂੰ ਦੱਸੋ? ਤਕਰੀਬਨ 4 ਲੱਖ ਰੁਪਏ ਆ ਗਾਰਡਰਾਂ ਤੋਂ ਇਲਾਵਾ। ਨਹੀਂ, ਗਾਰਡਰ ਪਾ ਕੇ ਟੋਟਲ ਸ਼ੈੱਡ ਕਿਤਨੇ ਪੈਸੇ ਲੱਗ ਗਏ? 1.5 ਲੱਖ ਦੇ ਗਾਰਡਰ ਆਏ ਸਨ, 3.5 ਲੱਖ ਦੀ ਲੱਕੜ, 50,000 ਰੁਪਏ ਦੇ। 4 ਸਾਲ ਪਹਿਲੇ ਦਾ ਵੀ ਗੱਲ ਦੱਸ ਨਾ, 2016। ਠੀਕ। 2016 ਦੇ ਵਿੱਚ ਯਾਨੀ ਕਿ 7 ਲੱਖ ਦੇ ਰਾਉਂਡ ਬੋਰਡ ਪੈਸੇ ਲੱਗ ਗਏ ਸੀਗੇ ਜੀ। ਤੇ ਇਹਨਾਂ ਦੇ ਵਿੱਚ ਤੁਸੀਂ ਖੁੱਲੇ ਛੱਡਣ ਵਾਲਾ ਨਹੀਂ ਕੋਈ ਸਿਸਟਮ ਸੋਚਿਆ ਇਹਨਾਂ ਜਾਨਵਰਾਂ ਨੂੰ? ਖੁੱਲੇ ਫਿਰ ਮੱਝਾਂ ਚੋਣ ਦੇ ਟਾਈਮ ਤੰਗ ਕਰਦੀਆਂ ਨੇ, ਅੱਗੋਂ ਇਹਦਾ ਸੋਚਾਂਗੇ ਵੀ ਖੁੱਲੇ ਛੱਡਾਂਗੇ ਇਨਸ਼ਾਅੱਲਾ। ਫਿਲਹਾਲ ਨਹੀਂ ਛੱਡੇ ਸਨ? ਪਰ ਠੀਕ ਨੇ ਸਰ, ਜ਼ਿਆਦਾ ਬਿਹਤਰ ਸਮੇਂ ਨੇ ਗਏ ਨੇ। ਠੀਕ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ। ਇਹ ਤੁਹਾਨੂੰ ਗਾਏ ਜਿਹੜੀਆਂ ਨੇ ਇਹਨਾਂ ਦੀ ਕੰਡੀਸ਼ਨ ਦਿਖਾਤੀ ਹੈ, ਬਹੁਤ ਅੱਛੀਆਂ ਗਾਵਾਂ। ਅੱਛਾ, ਇਹ ਵਾਲੀਆਂ ਗਾਵਾਂ ਜਿਹੜੀਆਂ ਇਹਨਾਂ ਦੀ ਕੀ ਐਵਰੇਜ ਹੈ ਤੁਹਾਡੇ ਕੋਲ ਦੁੱਧ ਦੀ?
ਤਕਰੀਬਨ ਜਿਹੜੀਆਂ ਪਹਿਲਾਂ ਮੱਛੀਆਂ ਦੀਆਂ ਨੇ 5 ਤੋਂ 6 ਕਿਲੋ ਦੁੱਧ ਦਿੰਦੀਆਂ ਨੇ ਇੱਕ ਟਾਈਮ ਦਾ ਇੱਕ ਟਾਈਮ ਦਾ ਅੱਛਾ ਤੇ ਜਿਹੜੀ ਦੂਸਰੀਆਂ ਦੂਸਰਾ ਸਵਾਸ ਹੋਈਆਂ ਨੇ ਉਹ ਤਕਰੀਬਨ 8 ਤੋਂ 10 ਕਿਲੋ ਦਾ ਇੱਕ ਟਾਈਮ ਦਾ 18 20 ਲੀਟਰ ਤੱਕ ਪਹੁੰਚਦੀਆਂ ਤੇ ਮੱਝਾਂ ਦੀ ਵੀ ਕੀ ਕੰਡੀਸ਼ਨ ਹੈ ਮੱਝਾਂ ਜਿਹੜੀਆਂ ਨੇ ਉਹ ਵੀ ਜਿਹੜੀ ਅੱਛੀ ਮੱਝ ਉਹ 7 ਕਿਲੋ ਦਿੰਦੀ ਆਮ ਜਿਹੜੀ ਉਹ 5.5 ਪੌਣੇ 6 ਕਿਲੋ ਇਹ ਤੁਸੀਂ ਇੱਥੇ ਸੇਲ ਦੁੱਧ ਜਿਹੜਾ ਕਰਦੇ ਹੋ ਦੋਜੀ ਨੂੰ ਜਾਂ ਕਿਹੜੇ ਤਰੀਕੇ ਨਾਲ ਉਹ ਅਸੀਂ ਘਰਾਂ ਵਾਲੇ ਖੁਦ ਆ ਕੇ ਲੈ ਜਾਂਦੇ ਨੇ ਕੀ ਰੇਟ ਸੇਲ ਹੋ ਰਿਹਾ ਦੁੱਧ ਅੱਜ ਕੱਲ੍ਹ ਦਾ ਮੱਝ ਦਾ 95 ਰੁਪਏ ਦੇ ਰਹੇ ਆ ਗਾਂ ਦਾ 75 ਰੁਪਏ ਚਲੋ ਠੀਕ ਹੋ ਗਿਆ ਸਰ ਬਹੁਤ ਸ਼ੁਕਰੀਆ ਜੀ ਜੀ ਤੋਂ ਦੋਸਤੋ ਵੀਡੀਓ ਅੱਛੀ ਲੱਗੇ ਲਾਈਕ ਜ਼ਰੂਰ ਕਰੀਓ ਦੋਸਤਾਂ ਨਾਲ ਸ਼ੇਅਰ ਕਰੀਓ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੀਓ ਔਰ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਇਹੋ ਜਿਹੀਆਂ ਵੀਡੀਓ ਤੁਹਾਨੂੰ ਦੁਬਾਰਾ ਵੀ ਮਿਲਦੀਆਂ ਨੇ ਦੁਆਵਾਂ ਯਾਦ ਰੱਖਿਓ ਜੀ ਅੱਲਾ ਹਾਫਿਜ਼